नमस्कार साथियों, आज दा जेड़ा मेरा टॉपिक हैगा ओहो है टेंस सब्जेक्ट जेड़ा है इंग्लिश है केड़े विद्यार्थियों लई है छेवीं तो लेके आने वाले या हर क्लासा दे लई है जेड़ा हैगा काम दा विषय हैगा जेड़े आईएलस सीखना चाहते हैं उन्होंने वास्ते भी बड़े काम दा हैगा। तो गल करते हैं इस टेंस सिस्टम की। इस तो पहला मैं एक बेनती करना चाहवागा कि जिस तरह तुसी पहला मैनू बहुत वधिया साथ दिता है उस तरह ही मेरिया वीडियोज जिहड़ियां हैगियां अगे ते अगे शेयर कर दिओ, लाइक कर दिओ, मेरे चैनल नू सबसक्राइब कर दो ते जिहड़ा बैल दा आइकन हैगा उहनू जरूर हर हाथ दे विच तुसी प्रेस करना है तां कि हर नवीं वीडियो दा नोटिफिकेशन आप जी वल तुरंत पहुंच जाए। तां अज दे टॉपिक की गल करते हैं। तो प्यारे विद्यार्थियो, तुहानू प्रेरणा देने लई कह रहा हां कि जेकर तुसी टेंस सिस्टम नू समझ जांदे हो तो उन्दे नाल होएगा की कि तुसी नरेशन भी समझ जाओगे छेती ते नाल दी नाल वॉयस भी जल्दी समझ जाओगे। होर की फायदा होएगा कि जेकर तुसी पंजाबी तो अंग्रेजी बनाना चाहते हो तो बहुत छेती बना पाओगे, अंग्रेजी तो पंजाबी बनाना चाहते हो तो उस तो भी ज्यादा छेती बना पाओगे। तो अपन नूं टेंस सिस्टम जिहड़ा हैगा वह समझना ही पएगा। उन्होंने जे आप घबराहट च छड दिंदे आ तो फिर आप अंग्रेजी नहीं चंगी तरह सीख पावांगे। ਤਾਂ ਅੱਜ ਦੇ ਟੌਪਿਕ ਦੀ ਆਪਾਂ ਗੱਲ ਕਰਨ ਲੱਗੇ ਹਾਂ। ਅੱਜ ਦਾ ਟੌਪਿਕ ਹੈਗਾ ਟੈਂਸ। ਟੈਂਸ ਦਾ ਮਤਲਬ ਹੈ ਕਾਲ, ਕਾਲ ਦਾ ਮਤਲਬ ਹੈ ਸਮਾਂ। ਸਮਾਂ ਮੁੱਖ ਰੂਪ ਦੇ ਵਿੱਚ ਤਿੰਨ ਤਰ੍ਹਾਂ ਦਾ ਹੁੰਦਾ ਹੈ। ਪੰਜਾਬੀ ਵਿੱਚ ਗੱਲ ਕਰੀਏ ਤਾਂ ਪਹਿਲਾ ਸਮਾਂ ਹੈਗਾ ਵਰਤਮਾਨ ਕਾਲ, ਜੋ ਸਮਾਂ ਚੱਲ ਰਿਹਾ ਹੈ, ਜਿਵੇਂ ਅੱਜ ਮੈਂ ਵੀਡੀਓ ਬਣਾ ਰਿਹਾ ਹਾਂ, ਇਹ ਸਮਾਂ ਕਿਹੜਾ ਹੈਗਾ? ਵਰਤਮਾਨ ਕਾਲ। ਜਿਹੜਾ ਦੂਸਰੇ ਨੰਬਰ ਤੇ ਆਉਂਦਾ ਹੈਗਾ ਉਹ ਹੈਗਾ ਜੀ ਭੂਤਕਾਲ। ਭੂਤਕਾਲ ਕਿਹੜਾ ਹੁੰਦਾ ਹੈ? ਜਿਹੜਾ ਬੀਤ ਗਿਆ ਹੋਵੇ, ਜਿਹੜਾ ਸਮਾਂ ਪਹਿਲਾਂ ਹੀ ਸਮਾਪਤ ਹੋ ਚੁੱਕਿਆ ਹੈਗਾ। ਜਿਵੇਂ ਮੈਂ ਪਹਿਲਾਂ ਟਾਈਮ ਟੇਬਲ ਤੇ ਵੀਡੀਓ ਬਣਾਈ ਸੀ ਤਾਂ ਇਹਦੇ ਇਹ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਸਮਾਂ ਹੈਗਾ ਭੂਤਕਾਲ ਹੈ, ਜਿਹੜਾ ਸਮਾਂ ਬੀਤ ਚੁੱਕਿਆ। ਆਉਣ ਵਾਲਾ ਸਮਾਂ ਕਿਹੜਾ ਹੈਗਾ? ਉਹਨੂੰ ਅਸੀਂ ਭਵਿੱਖ ਕਾਲ ਕਹਿੰਦੇ ਹਾਂ। ਜਿਵੇਂ ਮੈਂ ਟੈਂਸ ਸਿਸਟਮ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਸਾਰੀਆਂ ਵੀਡੀਓਜ਼ ਬਣਾਵਾਂਗਾ ਤਾਂ ਇਹ ਸਮਾਂ ਹੋ ਗਿਆ ਭਵਿੱਖ ਕਾਲ। ਅੰਗਰੇਜ਼ੀ ਦੇ ਵਿੱਚ ਜਿਹੜਾ ਵਰਤਮਾਨ ਕਾਲ ਹੈ, ਜਿਹੜਾ ਸਮਾਂ ਚੱਲ ਰਿਹਾ ਹੈ, ਉਹਨੂੰ ਅਸੀਂ ਪ੍ਰੈਜੈਂਟ ਟੈਂਸ ਕਹਿੰਦੇ। ਜਿਹੜਾ ਸਮਾਂ ਬੀਤ ਗਿਆ ਉਹਨੂੰ ਅਸੀਂ ਪਾਸਟ ਟੈਂਸ ਕਹਿ ਦਿੰਦੇ। ਜਿਹੜਾ ਸਮਾਂ ਅਜੇ ਆਵੇਗਾ ਉਸ ਨੂੰ ਅਸੀਂ ਫਿਊਚਰ ਟੈਂਸ ਕਹਿੰਦੇ। ਤਾਂ ਪਿਆਰੇ ਵਿਦਿਆਰਥੀਓ, ਹਰ ਇੱਕ ਟੈਂਸ ਜਿਹੜਾ ਹੈਗਾ, ਚਾਹੇ ਉਹ ਪ੍ਰੈਜੈਂਟ ਟੈਂਸ ਹੈ, ਚਾਹੇ ਪਾਸਟ ਟੈਂਸ ਹੈ ਤੇ ਚਾਹੇ ਫਿਊਚਰ ਟੈਂਸ ਹੈ, ਇਹਨਾਂ ਦੀਆਂ ਅੱਗੇ ਚਾਰ ਚਾਰ ਕਿਸਮਾਂ ਨੇ। ਤਾਂ ਕੁੱਲ 12 ਤਰ੍ਹਾਂ ਦੇ ਟੈਂਸਸ ਹੋ ਗਏ। ਹੁਣ ਵਿਦਿਆਰਥੀਆਂ ਨੂੰ ਬੜਾ ਔਖਾ ਲੱਗਦਾ ਕਿ 12 ਟੈਂਸਸ ਦੇ ਨਾਮ ਯਾਦ ਰੱਖਣਾ ਹੀ ਔਖਾ, ਤਾਂ ਮੈਂ ਉਹਦੇ ਲਈ ਥੋੜਾ ਜਿਹਾ ਸੌਖਾ ਕਰਨ ਦੀ ਕੋਸ਼ਿਸ਼ ਕਰਦਾ। ਤਾਂ ਪਿਆਰੇ ਵਿਦਿਆਰਥੀਓ, ਤੁਸੀਂ ਚਾਰ ਸ਼ਬਦ ਯਾਦ ਰੱਖਣੇ ਆ, ਉਹ ਕਿਹੜੇ ਕਿਹੜੇ ਨੇ? ਇੱਕ ਤਾਂ ਹੈਗਾ ਇਨਡੈਫੀਨੇਟ, ਦੂਸਰਾ ਹੈਗਾ ਕੰਟੀਨਿਊਸ, ਤੀਸਰਾ ਹੈਗਾ ਪਰਫੈਕਟ ਤੇ ਚੌਥਾ ਹੈਗਾ ਪਰਫੈਕਟ ਕੰਟੀਨਿਊਸ ਟੈਂਸ। ਇਹ ਚਾਰਾਂ ਦੇ ਮੁਰਲੇ ਪਾਸੇ, ਅਗਲੇ ਪਾਸੇ ਜੇਕਰ ਆਪਾਂ ਪ੍ਰੈਜੈਂਟ 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 ਲਗਾ ਦਿੱਤਾ ਤਾਂ ਪ੍ਰੈਜੈਂਟ ਦੇ ਚਾਰ ਕਿਸਮ ਚਾਰ ਟੈਂਸ ਬਣ ਜਾਣਗੇ। ਜਿਹਨਾਂ ਦੇ ਅੱਗੇ ਪਾਸਟ 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 ਲਗਾ ਦਿੱਤਾ ਤਾਂ ਪਾਸਟ ਦੇ ਚਾਰ ਟੈਂਸ ਬਣ ਜਾਣਗੇ। ਜੇ ਇਹਨਾਂ ਦੇ ਅੱਗੇ ਫਿਊਚਰ 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 ਲਗਾ ਦਿੱਤਾ ਤਾਂ ਫਿਊਚਰ ਦੇ ਚਾਰ ਟੈਂਸ ਬਣ ਜਾਣਗੇ। ਤਾਂ ਜੇ ਤੁਹਾਨੂੰ ਮੁਸ਼ਕਿਲ ਹੋ ਰਹੀ ਹੈ ਤਾਂ ਮੈਂ ਤੁਹਾਨੂੰ ਇੱਕ ਟੇਬਲ ਤੇ ਲੈ ਕੇ ਜਾਂਦਾ। ਆਪਾਂ ਬੋਰਡ ਤੇ ਇੱਕ ਟੇਬਲ ਰਾਹੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆ ਜਾਓ ਸਾਥੀਓ। ਤਾਂ ਪਿਆਰੇ ਵਿਦਿਆਰਥੀਓ, ਜਿਹੜਾ ਟੈਂਸ ਹੈਗਾ ਇਹਨੂੰ ਮੁੱਖ ਰੂਪ ਦੇ ਵਿੱਚ ਅਸੀਂ ਤਿੰਨ ਭਾਗਾਂ 'ਚ ਵੰਡਿਆ। ਨੰਬਰ ਏ ਕਹਿ ਸਕਦੇ ਹਾਂ ਪ੍ਰੈਜੈਂਟ ਟੈਂਸ, ਬੀ ਹੈ ਪਾਸਟ ਟੈਂਸ ਤੇ ਸੀ ਹੈ ਫਿਊਚਰ ਟੈਂਸ। ਇੱਕ ਵਾਰੀ ਦੁਬਾਰਾ ਦੱਸਦੇ ਹਾਂ ਕਿ ਪ੍ਰੈਜੈਂਟ ਟੈਂਸ ਵਰਤਮਾਨ ਕਾਲ, ਪਾਸਟ ਟੈਂਸ ਭੂਤਕਾਲ ਤੇ ਫਿਊਚਰ ਟੈਂਸ ਭਵਿੱਖ ਕਾਲ। ਜਿਹੜਾ ਪ੍ਰੈਜੈਂਟ ਟੈਂਸ ਹੈ ਉਹਦੇ ਨਾਲ ਵੀ ਚਾਰ ਟੈਂਸ ਲੱਗਦੇ ਨੇ, ਜਿਵੇਂ ਇਨਡੈਫੀਨੇਟ, ਕੰਟੀਨਿਊਸ, ਪਰਫੈਕਟ, ਪਰਫੈਕਟ, ਕੰਟੀਨਿਊਸ। ਪਾਸਟ ਟੈਂਸ ਦੇ ਨਾਲ ਵੀ ਚਾਰ ਟੈਂਸ ਲੱਗਦੇ ਨੇ, ਇਨਡੈਫੀਨੇਟ, ਕੰਟੀਨਿਊਸ, ਪਰਫੈਕਟ, ਪਰਫੈਕਟ, ਕੰਟੀਨਿਊਸ। ਫਿਊਚਰ ਦੇ ਨਾਲ ਵੀ ਇਸੇ ਤਰ੍ਹਾਂ ਹੀ ਹੈ, ਇਨਡੈਫੀਨੇਟ, ਕੰਟੀਨਿਊਸ, ਪਰਫੈਕਟ, ਪਰਫੈਕਟ, ਕੰਟੀਨਿਊਸ। ਕਰਨਾ ਕੀ ਹੈਗਾ ਕਿ ਅਸੀਂ ਇਹਨਾਂ ਟੈਂਸਸ ਦੇ ਨਾਲ ਜਿਹੜੇ ਸ਼ਬਦ ਹੈਗੇ ਆਪਣੇ ਕੋਲ ਇਨਡੈਫੀਨੇਟ, ਕੰਟੀਨਿਊਸ, ਪਰਫੈਕਟ, ਪਰਫੈਕਟ, ਕੰਟੀਨਿਊਸ, ਇਹਨਾਂ ਦੇ ਅੱਗੇ ਕਦੇ ਅਸੀਂ ਪ੍ਰੈਜੈਂਟ ਲਗਾ ਲੈਣਾ, ਕਦੇ ਅਸੀਂ ਪਾਸਟ ਲਗਾ ਲੈਣਾ ਤੇ ਕਦੇ ਅਸੀਂ
ਫਿਊਚਰ ਲਗਾ ਲੈਣਾ ਹੈ। ਇਹਦੇ ਕੋਲ ਇਸ ਤਰ੍ਹਾਂ ਸਾਡੇ ਕੋਲੋਂ 12 ਦੇ 12 ਟੈਂਸਸ ਬਣ ਜਾਣਗੇ। ਇੱਕ ਵਾਰੀ ਆਪਾਂ ਰਿਪੀਟ ਕਰ ਦਈਏ, ਟੈਂਸ ਮੁੱਖ ਰੂਪ ਦੇ ਵਿੱਚ ਤਿੰਨ ਕਿਸਮਾਂ, ਪ੍ਰੈਜੈਂਟ ਟੈਂਸ, ਪਾਸਟ ਟੈਂਸ, ਫਿਊਚਰ ਟੈਂਸ। ਪ੍ਰੈਜੈਂਟ ਟੈਂਸ ਦੀਆਂ ਅੱਗੇ ਚਾਰ ਕਿਸਮਾਂ, ਪ੍ਰੈਜੈਂਟ ਇਨਡੈਫੀਨਿਟ ਟੈਂਸ, ਪ੍ਰੈਜੈਂਟ ਕੰਟੀਨਿਊਸ ਟੈਂਸ, ਪ੍ਰੈਜੈਂਟ ਪਰਫੈਕਟ ਟੈਂਸ, ਪ੍ਰੈਜੈਂਟ ਪਰਫੈਕਟ ਕੰਟੀਨਿਊਸ ਟੈਂਸ। ਇਸੇ ਤਰ੍ਹਾਂ ਹੀ ਬਿਲਕੁਲ ਮਿਲਦੇ ਜੁਲਦੇ ਨਾਮ ਹੈ। ਪਾਸਟ ਟੈਂਸ ਦੇ ਵਿੱਚ ਪਾਸਟ ਟੈਂਸ ਪੂਰੇ ਲਾ ਕੇ ਪਾਸਟ ਇਨਡੈਫੀਨਿਟ ਟੈਂਸ, ਪਾਸਟ ਕੰਟੀਨਿਊਸ ਟੈਂਸ, ਪਾਸਟ ਪਰਫੈਕਟ ਟੈਂਸ, ਪਾਸਟ ਪਰਫੈਕਟ ਕੰਟੀਨਿਊਸ ਟੈਂਸ। ਫਿਊਚਰ ਟੈਂਸ ਅੱਗੇ ਉਹੀ ਫਿਊਚਰ ਸ਼ਬਦ ਲਾ ਕੇ ਉਹੀ ਟੈਂਸ ਆ ਜਾਣਗੇ। ਫਿਊਚਰ ਇਨਡੈਫੀਨਿਟ ਟੈਂਸ, ਫਿਊਚਰ ਕੰਟੀਨਿਊਸ ਟੈਂਸ, ਫਿਊਚਰ ਪਰਫੈਕਟ ਟੈਂਸ, ਫਿਊਚਰ ਪਰਫੈਕਟ ਕੰਟੀਨਿਊਸ ਟੈਂਸ। ਤਾਂ ਪਿਆਰੇ ਦੋਸਤੋ, ਤੁਹਾਨੂੰ ਗੱਲ ਜਿਹੜੀ ਹੈਗੀ ਹੈ ਯਾਦ ਰਹੇ ਜੀ, ਉਹਦੇ ਵਾਸਤੇ ਥੋੜਾ ਜਿਹਾ ਮੈਂ ਸੌਖਾ ਕਰਨ ਦੀ ਕੋਸ਼ਿਸ਼ ਕਰਦਾ। ਇਹ ਸਮਝ ਲਓ ਕਿ ਇਹ ਇੱਕ ਵਿਅਕਤੀ ਹੈ, ਇਹਦੇ ਨਾਲ ਤਿੰਨ ਪੁੱਤਰ ਨੇ। ਕਿਹੜੇ ਤਿੰਨ ਪੁੱਤਰ ਨੇ? ਪ੍ਰੈਜੈਂਟ ਟੈਂਸ ਇੱਕ ਪੁੱਤਰ, ਪਾਸਟ ਟੈਂਸ ਦੂਜਾ ਪੁੱਤਰ ਹੈ, ਤੇ ਫਿਊਚਰ ਟੈਂਸ ਤੀਜਾ ਪੁੱਤਰ ਹੈ। ਇਹ ਜਿਹੜੇ ਤਿੰਨ ਪੁੱਤਰ ਨੇ, ਇਹਨਾਂ ਦੇ ਗਾਂਹ ਚਾਰ ਚਾਰ ਪੁੱਤਰ ਨੇ। ਪ੍ਰੈਜੈਂਟ ਦੇ ਵੀ ਚਾਰ ਪੁੱਤਰ ਨੇ, ਪਾਸਟ ਦੇ ਵੀ ਚਾਰ ਪੁੱਤਰ ਨੇ, ਤੇ ਫਿਊਚਰ ਦੇ ਵੀ ਚਾਰ ਪੁੱਤਰ ਨੇ। ਕੁਦਰਤੀ ਰੂਪ ਦੇ ਵਿੱਚ ਹੋਇਆ ਕੀ ਕਿ ਜਿਹੜਾ ਪ੍ਰੈਜੈਂਟ ਵਾਲਾ ਵਿਅਕਤੀ ਸੀ, ਪਾਸਟ ਵਾਲਾ ਵਿਅਕਤੀ ਤੇ ਫਿਊਚਰ ਵਾਲਾ ਵਿਅਕਤੀ, ਇਹਨਾਂ ਦੇ ਜਿਹੜੇ ਚਾਰੇ ਬੱਚੇ ਸੀ ਉਹਨਾਂ ਦਾ ਨਾਮ ਵੀ ਇੱਕੋ ਜਿਹਾ ਹੀ ਸੀ, ਮਿਲਦਾ ਜੁਲਦਾ ਸੀ। ਪ੍ਰੈਜੈਂਟ ਟੈਂਸ ਜਿਹੜਾ ਵਿਅਕਤੀ ਹੈ ਉਹਦੇ ਵੀ ਚਾਰ ਬੱਚੇ ਹੈ, ਕਿਹੜੇ ਕਿਹੜੇ ਹੈ? ਇਨਡੈਫੀਨਿਟ ਕੰਟੀਨਿਊਸ, ਪਰਫੈਕਟ, ਪਰਫੈਕਟ ਕੰਟੀਨਿਊਸ। ਤੇ ਪਾਸਟ ਦੇ ਵੀ ਉਹੀ ਬੱਚੇ ਹੈ, ਕਿਹੜੇ ਕਿਹੜੇ? ਇਨਡੈਫੀਨਿਟ ਕੰਟੀਨਿਊਸ, ਪਰਫੈਕਟ, ਪਰਫੈਕਟ ਕੰਟੀਨਿਊਸ। ਫਿਊਚਰ ਦੇ ਵੀ ਚਾਰੇ ਬੱਚੇ ਹੈ, ਇਨਡੈਫੀਨਿਟ ਕੰਟੀਨਿਊਸ, ਪਰਫੈਕਟ, ਪਰਫੈਕਟ ਕੰਟੀਨਿਊਸ। ਹੋਇਆ ਕੀ ਕਿ ਇੱਕ ਦਿਨ ਇਸ ਵਿਅਕਤੀ ਨੂੰ ਜਿਹੜਾ ਕਿ ਦੰਦਾ ਬਣ ਚੁੱਕਿਆ, ਇਹਨੂੰ ਲੋੜ ਪੈ ਗਈ। ਇਹ ਕਹਿੰਦਾ ਭਾਈ ਐ ਕਰੋ, ਕੰਟੀਨਿਊਸ ਮੇਰੇ ਕੋਲ ਆਇਆ ਹੋ ਇੱਕ ਵਾਰੀ, ਉਹ ਕੰਟੀਨਿਊਸ ਇੱਕ ਵਾਰੀ ਮੇਰੇ ਕੋਲ ਗੱਲ ਸੁਣੋ ਆ ਗਏ। ਤਾਂ ਕੀ ਹੋਇਆ ਕਿ ਪ੍ਰੈਜੈਂਟ ਕੰਟੀਨਿਊਸ ਵੀ ਪਹੁੰਚ ਗਿਆ ਦਾਦਾ ਜੀ ਕੋਲ, ਪਾਸਟ ਕੰਟੀਨਿਊਸ ਵੀ ਪਹੁੰਚ ਗਿਆ ਦਾਦਾ ਜੀ ਕੋਲ, ਤੇ ਫਿਊਚਰ ਕੰਟੀਨਿਊਸ ਵੀ ਪਹੁੰਚ ਗਿਆ ਦਾਦਾ ਜੀ ਕੋਲ। ਦਾਦਾ ਜੀ ਕਹਿੰਦੇ, ਉਹ ਮੈਂ ਤਾਂ ਪ੍ਰੈਜੈਂਟ ਕੰਟੀਨਿਊਸ ਨੂੰ ਬੁਲਾਇਆ ਸੀ, ਤੇ ਦੂਜੇ ਦੋਨੋਂ ਜਿਹੜੇ ਪੋਤੇ ਸੀਗੇ ਉਹ ਗੁੱਸੇ ਹੋ ਗਏ, ਉਹ ਚਲੇ ਗਏ। ਅਗਲੀ ਵਾਰੀ ਫਿਰ ਵਾਲ ਮਾਰੀ ਦਾਦਾ ਜੀ ਨੇ, ਕਹਿੰਦੇ ਉਹ ਕੰਟੀਨਿਊਸ ਆ ਜਾਓ ਇੱਧਰ ਆਓ ਗੱਲ ਸੁਣੋ। ਤਾਂ ਕੀ ਹੋਇਆ ਕਿ ਤਿੰਨਾਂ ਨੇ ਇਹ ਸਮਝਿਆ ਵੀ ਸ਼ਾਇਦ ਸਾਨੂੰ ਨੀ ਬੁਲਾਇਆ ਹੈਗਾ, ਤੇ ਉਹ ਤਿੰਨੋਂ ਹੀ ਨੰਗ ਗਏ। ਤਾਂ ਫਿਰ ਜਿਹੜਾ ਦਾਦਾ ਸੀਗਾ ਉਹਨੇ ਹੱਲ ਇਹ ਕੱਢਿਆ ਵੀ ਇਹਨਾਂ ਦੇ ਪਿਓ ਦਾ ਨਾਮ ਜਿਹੜਾ ਹੈਗਾ ਨਾਲ ਲਵਾਂਗੇ ਨਾ, ਫਿਰ ਸਹੀ ਬੰਦਾ ਹੀ ਆਊਗਾ, ਫਿਰ ਸਹੀ ਪੋਤਾ ਹੀ ਭੱਜ ਕੇ ਆਊਗਾ ਮੇਰੇ ਕੋਲ। ਤਾਂ ਫਿਰ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਇਹ ਚਾਰੇ ਬੱਚੇ ਸੀਗੇ, ਜੇ ਉਹਨੇ ਪ੍ਰੈਜੈਂਟ ਦੇ ਬੱਚੇ ਨੂੰ ਬੁਲਾਉਣਾ ਹੈ ਤਾਂ ਉਹ ਨਾਲ ਨਾਮ ਲੈਂਦਾ ਸੀਗਾ, ਪ੍ਰੈਜੈਂਟ ਕੰਟੀਨਿਊਸ ਟੈਂਸ, ਇੱਧਰ ਆ ਮੇਰੀ ਗੱਲ ਸੁਣ ਪੁੱਤਰ। ਜੇ ਉਹਨੇ ਫਿਊਚਰ ਦੇ ਕੰਟੀਨਿਊਸ ਨੂੰ ਬੁਲਾਉਣਾ ਸੀਗਾ ਤਾਂ ਕਹਿੰਦਾ ਬੇਟੇ ਫਿਊਚਰ ਕੰਟੀਨਿਊਸ ਮੇਰੀ ਗੱਲ ਤਾਂ ਸੁਣ ਪੁੱਤਰ, ਆ ਮਾੜੀ ਜਿਹੀ ਲੱਤਾਂ ਤੇ ਘੁੱਟ। ਉਦੋਂ ਉਹ ਜਦੋਂ, ਕਿਉਂਕਿ ਪਿਓ ਦਾ ਨਾਮ ਵੀ ਨਾਲ ਲਿਆ ਰਿਹਾ ਸੀ, ਤਾਂ ਉਹੀ ਵਿਅਕਤੀ ਜਾਂਦਾ ਸੀ। ਜਿਵੇਂ ਆਪਾਂ ਕਲਾਸ ਦੇ ਵਿੱਚ ਹੈਗਾ ਕਿ ਲਵਪ੍ਰੀਤ ਨਾਮ ਦੇ ਬੱਚੇ ਤਿੰਨ ਨੇ, ਤੋ ਲਵਪ੍ਰੀਤ ਜਦੋਂ ਕਹਾਂਗੇ ਲਵਪ੍ਰੀਤ ਗੱਲ ਸੁਣ, ਕੋਈ ਵੀ ਨਹੀਂ ਆਉਂਦਾ, ਕਿਉਂਕਿ ਕਿਸ ਨੂੰ ਬੁਲਾਇਆ ਉਹਨਾਂ ਨੂੰ ਪਤਾ ਨਹੀਂ ਲੱਗਦਾ। ਪਰ ਜਦੋਂ ਆਪਾਂ ਇਹ ਕਹਿੰਦੇ ਲਵਪ੍ਰੀਤ ਸਿੰਘ ਸਨ ਆਫ ਸਰਦਾਰ ਮੰਗਲ ਸਿੰਘ, ਉਰਿਆ ਗੱਲ ਸੁਣ ਪੁੱਤਰ, ਤਾਂ ਉਹ ਨਾਲ ਦੇ ਨਾਲ ਉਹੀ ਲਵਪ੍ਰੀਤ ਜਿਹੜਾ ਹੈਗਾ ਆਪਣੀ ਗੱਲ ਸੁਣਨ ਵਾਸਤੇ ਆ ਜਾਂਦਾ। ਉਮੀਦ ਕਰਦਾ ਕਿ ਇਸ ਉਦਾਹਰਣ ਨਾਲ ਤੁਹਾਨੂੰ ਜਿਹੜੇ ਹੈਗੇ ਟੈਂਸ ਯਾਦ ਰੱਖਣੇ, ਘੱਟੋ ਘੱਟ ਆਪਾਂ ਨੂੰ ਨਾਮ ਤਾਂ ਯਾਦ ਹੋ ਜਾਣ, ਫਿਰ ਆਪਾਂ ਵੇਖਾਂਗੇ ਇਹਨਾਂ ਦੀਆਂ ਨਿਸ਼ਾਨੀਆਂ ਕੀ ਹੈ, ਇਹਦੀ ਵਰਤੋਂ ਕੀ ਹੈ, ਕਿਵੇਂ ਵੋਇਸ 'ਚ ਕੰਮ ਕਰਦੇ ਆ, ਕਿਵੇਂ ਨਰੇਸ਼ਨ 'ਚ ਕੰਮ ਕਰਦੇ ਆ। ਤਾਂ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਕਿ ਸਾਨੂੰ ਉਹਨਾਂ ਦੇ ਨਾਮ ਯਾਦ ਹੋ ਜਾਣ। ਤਾਂ ਰਿਪੀਟ ਕਰਦਾ ਗੱਲ ਨੂੰ ਕਿ ਟੈਂਸ ਮੁੱਖ ਰੂਪ ਦੇ ਵਿੱਚ ਤਿੰਨ ਤਰ੍ਹਾਂ ਦੇ, ਹਰ ਜਿਹੜੀ ਕਿਸਮ ਹੈ ਉਹਦੇ ਗਾਂਹ ਚਾਰ ਕਿਸਮਾਂ ਹੈਗੀਆਂ। ਤਾਂ ਇਸ ਤਰ੍ਹਾਂ 12 ਟੈਂਸ ਬਣਦੇ ਆ। ਉਮੀਦ ਹੈ ਕਿ ਤੁਸੀਂ ਇਸ ਵੀਡੀਓ ਰਾਹੀਂ ਉਹਨਾਂ ਟੈਂਸਸ ਨੂੰ, ਉਹਨਾਂ ਦੇ ਨਾਮ ਨੂੰ ਚੰਗੀ ਤਰ੍ਹਾਂ ਯਾਦ ਕਰ ਲਓਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।